ਸਾਵਧਾਨ ਗਾਰਡ ਕੰਧੇ ਛੱਤ ਗਾਰਡ ਸਲਾਮੀ ਛੱਤ ਗਾਰਡ ਸੋਗ ਛੱਤ ਸਾਵਧਾਨ ਗਾਰਡ ਸਲਾਮੀ ਛੱਤ ਗਾਰਡ ਕੰਧੇ ਛੱਤ ਗਾਰਡ ਬਾਜੂ ਛੱਤ ਗਾਰਡ ਸਟੈਂਡਿੰਗ ਪੋਜੀਸ਼ਨ ਇੱਕ ਗਰਾਊਂਡ ਪਰ Fire! ਦੋ ਨੰਬਰ ਸਿੱਧਾ ਤਾਂ ਉੱਪਰ ਦੋ ਨੰਬਰ ਬੈਰਲ ਸਿੱਧੀ ਅਪ ਫਾਇਰ Up! Fire! ਬੀਤੇ ਕੱਲ ਸਵੇਰੇ ਪੰਜਾਬ ਦੇ ਮੁਕੇਰੀਆਂ ਵਿੱਚ ਪੰਜਾਬ ਪੁਲਿਸ PAP ਦੀ ਇੱਕ ਗੱਡੀ ਦਾ ਇੱਕ ਟਰਾਲੀ ਦੇ ਨਾਲ ਭਿਆਨਕ ਸੜਕ ਹਾਦਸਾ ਹੋ ਗਿਆ ਸੀ, ਜਿਸ ਦੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚੋਂ ਇੱਕ ASI ਹਰਦੇਵ ਸਿੰਘ ਸੀ, ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ ਦਾ ਰਹਿਣ ਵਾਲਾ ਸੀ, ਜਿਸ ਨੂੰ ਆਪਣੇ ਵੱਡੇ ਭਰਾ ਗੁਰਜੰਟ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਥਾਂ ਦੇ ਉੱਪਰ ਤਰਸ ਦੇ ਆਧਾਰ ਤੇ 1996 ਦੇ ਵਿੱਚ ਨੌਕਰੀ ਮਿਲੀ ਸੀ ਅਤੇ ਹਰਦੇਵ ਸਿੰਘ ਕਰੀਬ 2 ਸਾਲ ਬਾਅਦ ਨੌਕਰੀ ਤੋਂ ਵਿਦਾਈ ਲੈਣ ਹੀ ਵਾਲਾ ਸੀ ਅਤੇ ਉਸ ਤੋਂ ਬਾਅਦ ਅਚਾਨਕ ਕੱਲ੍ਹ ਉਸ ਦਾ ਸੜਕ ਹਾਦਸਾ ਹੋ ਜਾਂਦਾ ਹੈ, ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ। ਜੀ ਹਾਂ, ਇਸ ਦੇ ਬਾਰੇ ਵਿੱਚ ਸੂਚਨਾ ਮਿਲਦੇ ਸਾਰ ਹੀ ਪਿੰਡ ਦੌਲਤਪੁਰਾ ਦੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਸੀ। ਹਰਦੇਵ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਦੌਲਤਪੁਰਾ ਨੀਵਾਂ ਵਿਖੇ ਅੰਤਿਮ ਸੰਸਕਾਰ ਹੋਇਆ। ਜਿਹੜਾ ਕੁਛ ਹੋਣਾ ਸੀ ਬਸ ਹੋ ਗਿਆ, ਹੁਣ ਅਸੀਂ ਕੀ ਕਹਿਣਾ। ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਭਰੋਸਾ ਦਿੱਤਾ ਗਿਆ? ਪ੍ਰਸ਼ਾਸਨ ਵੱਲੋਂ ਤਾਂ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ, ਹੈਲਪ ਕਰਾਂਗੇ, ਗਾਂ ਹੁਣ ਦੇਖੋ ਇਹ ਸੀਗੇ 97 ਦੇ। ਕਿਸ ਤਰ੍ਹਾਂ ਰਹੀ ਨੌਕਰੀ? ਨੌਕਰੀ ਬਹੁਤ ਵਧੀਆ ਰਹੀ ਇਹਨਾਂ ਦੀ, ਇੱਕ ਵੀ ਐਬਸੈਂਟ ਨਹੀਂ ਸੀਗੀ, ਬਹੁਤ ਵਧੀਆ ਸੀ, ਬਹੁਤ ਜ਼ਿਆਦਾ ਵਧੀਆ ਸੀ, ਥੋੜ੍ਹਾ ਵਧੀਆ ਨਹੀਂ ਸੀ। ਇਸ ਤਰ੍ਹਾਂ ਸੜਕ ਹਾਦਸੇ ਦੇ ਵਿੱਚ ਦੁਨੀਆ 'ਚੋਂ ਚਲੇ ਜਾਣਾ, ਹਾਂ ਉਹ ਤਾਂ ਫਿਰ ਹੁਣ ਸਾਨੂੰ ਹੀ ਪਤਾ, ਸਾਡਾ ਦਿਲ ਹੀ ਪੁੱਛਿਆ ਜਾਣ ਦਾ। ਕਿੰਨੇ ਬੱਚੇ ਸੀ? ਇੱਕ ਹੀ ਬੇਟਾ ਸਾਡੇ,
25 ਸਾਲ ਦਾ। ਸਰਕਾਰ ਤੋਂ ਕੀ ਉਮੀਦ ਕਰਦੇ ਹੋ? ਅਸੀਂ ਤਾਂ ਉਮੀਦ ਕਰਦੇ ਹਾਂ ਵੀ ਸਾਡੇ ਬੇਟੇ ਨੂੰ ਨੌਕਰੀ ਵੀ ਮਿਲੇ। ਸਾਡਾ ਬੱਚਾ ਚਲੋ ਹੁਣ ਉਹ ਤਾਂ ਹੁਣ ਚਲੇ ਗਏ, ਸਾਡਾ ਬੱਚਾ ਕਿਸੇ ਵੇਲੇ ਲੱਗੇ। ਜੋ ਸਹਾਇਤਾ ਉਹ ਵੀ ਮਿਲਣੀ ਚਾਹੀਦੀ। ਜੋ ਕੱਲ ਮਕੇਰੀਆਂ ਦੇ ਕੋਲ ਬਹੁਤ ਦਰਦਨਾਕ ਸੜਕ ਹਾਦਸਾ ਹੋਇਆ ਸੀਗਾ, ਜਿਹਦੇ ਵਿੱਚ ASA ਹਰਦੇਵ ਸਿੰਘ, ਸਾਡੇ ਗੁਰਪ ਸਿੰਘ ਡਰਾਈਵਰ ਅਤੇ ਇੱਕ ਲੇਡੀ ਕਾਂਸਟੇਬਲ ਦੀ ਡੈਥ ਹੋ ਚੁੱਕੀ ਹੈ। ਅੱਜ ਅਸੀਂ ਹਰਦੇਵ ਸਿੰਘ ਦੇ ਪਿੰਡ ਨੂੰ ਸੰਸਕਾਰ 'ਤੇ ਆਏ ਸੀਗੇ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਸਾਨੂੰ ਇਹ ਫੋਰਸ ਜਾਣ ਹਰਦੇਵ ਸਿੰਘ ਦਾ ਕਦੀ ਵੀ ਸਾਨੂੰ ਜਿਹੜਾ ਘਾਟਾ ਪੂਰਾ ਨਹੀਂ ਹੋਣਾ। ਅੱਜ ਅਸੀਂ ਉਹਦੇ ਸੰਸਕਾਰ 'ਤੇ 10,000 ਰੁਪਏ ਤਾਂ ਉਹਦੇ ਭੋਗ 'ਤੇ 1,00,000 ਰੁਪਇਆ ਵੀ ਦੇਵਾਂਗੇ, ਹੋਰ ਬਣਦੀ ਜੋ ਸਰਕਾਰੀ ਵਿੱਤੀ ਸਹਾਇਤਾ ਦੇਵਾਂਗੇ ਉਹਦਾ ਬੱਚਾ ਭਰਤੀ ਕਰਾਂਗੇ। ਕਿਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਜੀ ਪਰਿਵਾਰ ਨੂੰ? ਹਰ ਤਰ੍ਹਾਂ ਜੋ ਸਰਕਾਰ ਮੁਤਾਬਕ ਜੋ ਸਹਾਇਤਾ ਮੈਨੂੰ ਦਿੱਤੀ ਜਾਊਗੀ ਜੀ। ਨੌਕਰੀ ਐਜੂਕੇਸ਼ਨ ਮੁਤਾਬਕ ਬੱਚਾ ਜੇ ਪੜ੍ਹਿਆ ਹੋਊਗਾ ਤਾਂ ਐਜੂਕੇਸ਼ਨ ਮੁਤਾਬਕ ਨੌਕਰੀ ਦਿੱਤੀ ਜਾਊਗੀ ਜੀ ਉਹਨੂੰ। ਉਹ ਆਪਣੇ ਨੂੰ ਆਪਣੇ ਫੰਡ 'ਚੋਂ ਦੇ ਰਹੇ ਆਪਾਂ, ਕਿਹੜਾ ਆਪਣੇ ਹੁੰਦਾ ਸਾਡੇ ਕੋਲ, ਬਾਕੀ ਜੋ ਸਰਕਾਰੀ ਸਹਾਇਤਾ ਉਹ ਮੁਹੱਈਆ ਕਰਾਵਾਂਗੇ ਜੀ। ਮੋਗਾ ਤੋਂ ਦਲੀਪ ਕੁਮਾਰ ਦੀ ਰਿਪੋਰਟ, ਵਰਲਡ ਪੰਜਾਬੀ TV।